ਡਾਕਟਰ ਸਾਹਿਬ ਹੁਣ ਜਿਹੜਾ ਘਿਓ ਹੈ ਘਿਓ ਖਾਣ ਤੋਂ ਮੇਰੇ ਵਰਗੇ ਤਾਂ ਨਹੀਂ ਰਹਿ ਸਕਦੇ ਹੈਗੇ ਖਾਣ ਤੋਂ ਬਣਾ ਭਾਵੇਂ ਜਿੰਨਾ ਮਰਜ਼ੀ ਡਾਕਟਰ ਕਹੀ ਜਾਣ ਕਿ ਘਿਓ ਨਹੀਂ ਖਾਣਾ ਅਸੀਂ ਸਬਜੀ ਦਾਲ ਮਤਲਬ ਇੱਕ ਚਮਚ ਘਿਓ ਤੋਂ ਬਿਨਾ ਨਹੀਂ ਖਾ ਸਕਦੇ ਕਿ ਮੇਰੇ ਵਰਗੇ ਬਹੁਤ ਸਾਰੇ ਹੋਰ ਲੋਕ ਵੀ ਹੋਣਗੇ ਸੋ ਕੀ ਕਰਨ ਫਿਰ ਨਾ ਤਾਂ ਕੋਈ ਹਰ ਕੋਈ ਦੇਸੀ ਗਾਂ ਕਰੇ ਰੱਖ ਸਕਦਾ ਤੁਸੀਂ ਸ਼ਹਿਰ ਚ ਰਹਿੰਦੇ ਹੋ ਤੁਸੀਂ ਵੀ ਰੱਖ ਸਕਦੇ ਫਿਰ ਤੁਸੀਂ ਕੀ ਕਰਦੇ ਹੋ ਕੀ ਤਰੀਕਾ ਦੱਸੋਗੇ ਲੋਕਾਂ ਨੂੰ ਕਿ ਪਛਾਣ ਕਿਵੇਂ ਕਰਨੀ ਹੈ ਸਹੀ ਘਿਓ ਮੈਂ ਮੈਂ ਜੋ ਕਰਦਾ ਨਾ ਮੈਂ ਸਿਰਫ ਮਲਾਈ ਤੇ ਮੱਖਣ ਤੱਕ ਰਹਿਣਾ ਹੈ اچھا ਕਿਉਂ ਵਾਲ ਜਾਣਦੇ ਵੀ ਮੱਖਣ ਤੋਂ ਕਿਉਂ ਨਹੀਂ ਬਣਾਉਂਦੇ ਯਾ ਠੀਕ ਹੈ ਦੇਖੋ ਮੈਂ ਹੋਣਾ ਐਸੇ ਨਿਊਟ੍ਰੀਸ਼ੀਅਸ ਬਣਾ ਰਹੇ ਆਂ ਜਦ ਮੱਖਣ ਨੂੰ ਅੱਧਾ ਪੌਣਾ ਘੰਟਾ ਸਾੜਾਂਗੇ ਨਾ ਸਾੜਾਂਗੇ ਨਾ ਤਾਂ ਦੇਸੀ ਘਿਓ ਬਣੇਗਾ ਬਿਲਕੁਲ ਤੇ ਦੇਸੀ ਕਿਉਂ ਅਸੀਂ ਸੜਿਆ ਹੋਇਆ ਕਿਉਂ ਖਾਣਾ ਹੈ ਅਸੀਂ ਮੱਖਣ ਕਿਉਂਣਾ ਖਾ ਲਈਏ ਹੁਣ ਮੈਂ ਇੱਥੇ ਇਸ ਦੇਵਤਾ ਦੀ ਗੱਲ ਕਰਦਾ ਹਾਂ ਕ੍ਰਿਸ਼ਨ ਜੀ ਨੇ ਦੇਖੋ ਪੂਰੀ ਜ਼ਿੰਦਗੀ ਮੱਖਣ ਹੀ ਖਾਇਆ ਸੀ ਹੈਨਾ ਤੇ ਉਹ ਗਲਵੈਨਿਕ ਰਿਆ ਮੈਂ ਕਹਿਣ ਦਾ ਮਤਲਬ ਹੈ ਕਿ ਦੇਸੀ ਕਿਉਂ ਟਿਲ 20 ইয়ার্স ਬੱਚੇ ਵਾਸਤੇ ਬਹੁਤ ਬੈਸਟ ਹੈ ঠিক ਹੈ ਇਹ 소ਰਸ অফ એનર્ਜੀ ਬਹੁਤ ਹੈ ਅਗਰ 20 ਸਾਲ ਤੇ ਉੱਪਰ ਅਸੀਂ ਆ ਗਏ ਆ ਤੇ ਅਗਰ ਚੋਪੜ ਲਿਆ ਮਾੜਾ ਮੋਟਾ ਹੈਨਾ ਮਾੜਾ ਮੋਟਾ ਪਾ ਲੈ ਕੋਈ ਚੱਕਰ ਨਹੀਂ ਤੇ ਇਸੀ ਵੱਖਰਾ ਹੁੰਦਾ ਕਿਉਂ ਹਾਂ ਲੇਕਿਨ ਜ਼ਿਆਦਾ ਨਹੀਂ ਖਾਣਾ ਕਿਉਂਕਿ ਇਟ ਵਿਲ ਇਨਕਰੀਸ ਯੂਅਰ ఎవਰੀਥਿੰਗ ਫੈਟ ਪਰਸੈਂਟੇਜ ਇਹਦੇ ਕੈਲਰੀਜ਼ ਹੁੰਦੀ ਹੈ ਨਾ ਹਾਂ ਮਤਲਬ ਇਹ ਨਹੀਂ ਕਿ ਬਹੁਤ ਜ਼ਿਆਦਾ ਨਹੀਂ ਖਾਣਾ ਹੈ ਦੇਖੋ ਨਾ ਫੈਟ ਦੇ ਕਿੰਨਾ ਚਾਹਤਾ ਡੇਲੀ ਖਾ ਸਕਦੇ ਫੈਟ ਦੇ 1 ਗ੍ਰਾਮ ਦੇ ਵਿੱਚ 9 ਕੈਲਰੀਆਂ ਨੇ ਹੁਣ ਤੁਸੀਂ 1 ਲੀਟਰ ਦੁੱਧ ਮੈਂ ਪਿੰਦਾ ਸੀਗਾ ਪਿੱਛੇ ਜੇ ਮੈਂ weight gain ਕਰਨਾ ਸੀਗਾ ਥੋੜਾ ਜਿਹਾ ਕੁਝ ਸੀਗਾ ਰੋਲ ਤੇ 1 ਲੀਟਰ ਦੁੱਧ ਦੇ ਵਿੱਚ 900 ਕੈਲਰੀਆਂ ਨੇ 900 ਕੈਲਿਸ ਹੋ 900 ਕੈਲਰੀਆਂ ਪੀ ਕੇ ਤੇ ਮੈਂ 1200 ਕੈਲਰੀਆਂ ਜਿਮ ਚ ਜਾ ਕੇ ਬਰਨ ਕਰਦਾ ਸੀ ਹੂੰ ਫੇਰ ਜਿਹੜੀ ਬਾਡੀ ਬਣਦੀ ਹੈ ਨਾ ਮਤਲਬ ਕਹਿੰਦਾ ਮਤਲਬ ਹੈ ਦੇਸੀ ਕਿਉਂ ਖਾਣਾ ਹੈ ਤਾਂ ਖਾਓ ਵਰਜਿਸ਼ ਵੀ ਨਹੀਂ ਕਰੋ ਵਰਜਿਸ਼ ਵੀ ਕਰੋ ਬਿਲਕੁਲ ਬਿਲਕੁਲ ਇਹ ਨਹੀਂ ਕਰਦਾ ਕਿ ਦੇਸੀ ਖਾ ਕੇ ਐ ਬੈਠੇ ਹੋ ਤੇ ਫਿਰ ਉਹ ਡਿਟਬਾ ਰਾ ਦੇਣਾ ਕਿਉਂ ਖਾ ਕੇ ਬੈਸ ਨਹੀਂ ਕਰਨੀ ਵਰਜਿਸ਼ ਕਰਨੀ ਆ ਬੈਸ ਨਹੀਂ ਬੈਸ ਨਹੀਂ ਵਰਜਿਸ਼ ਕਰੋ ਸੋ ਡਾਕਟਰ ਸਾਹਿਬ ਤੁਸੀਂ ਇੱਕ ਥੋੜਾ ਜਿਹਾ ਸਾਲਵਸ਼ਨ ਤੁਸੀਂ ਕਿਹਾ ਵੀ ਸਾੜ ਕੇ ਕਿਉਂ ਖਾਣਾ ਹੈ ਮਤਲਬ ਉਹਦਾ ਕੋਈ ਨੁਕਸਾਨ ਹੈ ਦੇਖੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਕੈਮੀਕਲ ਹੈ ਨਾ ਦੇਖੋ ਕੈਮੀਕਲ ਹੈ ਕਿ ਸੀ ਵੀ ਸੀ ਦਾ ਜਿਸ ਨਾਲ ਆਪਣਾ ਸਰੋਨਾ ਤੇਲ ਹੈ ਅਸੀਂ ਕਹਿੰਦੇ ਨਾ ਕੱਚੀ ਖਾਨੀ ਦਾ ਹੈ ਹਾਂ ਕੋਲਡ ਪ੍ਰੈਸ ਕਹਿ ਦਿੰਦੇ ਆਂ ਇੰਡੀਆ ਦੇ ਵਿੱਚ ਰਿਫਾਈਨਡ ਕਿਉਂ बिकਦਾ ਹੈ ਰਿਫਾਈਨਡ ਕਿਉਂ बिकਦਾ ਸਸਤਾ ਪੈਂਦਾ ਹੈ ਇਨਾ ਨੁਕਸਾਨ ਹੈ ਰਿਫਾਈਨਡ ਆਇਲ ਦਾ ਪਾਣੀ ਮੱਝ ਜੁੜਨਾ ਹੈ ਜਿਹੜੇ ਜਿਹੜੇ ਰਿਫਾਈਨਡ ਖਾਂਦੇ ਨੇ ਨਾ ਨਾ ਖਾਓ ਕਿਸੇ ਵੀ ਕਿਸੇ ਵੀ ਦੇਲ ਦਾ ਕੋਲਡ ਪ੍ਰੈਸ ਖਾਓ ਜਿਹਦੇ ਉੱਤੇ ਲਿਖਿਆ ਵੀ ਰਿਫਾਈਨ ਹੈ ਉਹ ਕਿਉਂ ਖਾਣੀ ਕਿਉਂ ਖਾਣਾ ਹੈ ਨਾ ਕੋਈ ਵੀ ਚੀਜ਼ ਉਹਨੂੰ ਨਾ 200 ਡਿਗਰੀ ਨੜਤੇ ਪੰਨਾ ਕਿਸੇ ਵੀ ਤੇਲ ਨੂੰ 200 ਡਿਗਰੀ 2 ਘੰਟੇ ਸਾੜ ਕੇ ਉਹ ਪਾਣੀ ਬਣ ਜਾਂਦਾ ਹੈ ਉਹਦੇ ਵਿੱਚ ਪਰਫਿਊਮ ਪੈਂਦੀ ਹੈ ਉਹਦੇ ਵਿੱਚ ਉਹਦਾ ਟੇਸਟ ਕਲਰ ਪੈਂਦਾ ਹੈ ਬੜਾ ਕੁਝ ਪਾਉਂਦੇ ਨੇ ਤੁਸੀਂ ਇਹੋ ਜਿਹਾ ਤੇਲ ਨਾ ਖਾਓ ਸਿੰਪਲ ਕੋਲਡ ਪ੍ਰੈਸ ਸਭ ਤੋਂ ਵਧੀਆ ਸਰੋਂ ਦਾ ਤੇਲ ਸਰੋਂ ਦਾ ਤੇਲ ਤੇ ਦੇਸੀ ਘਿਓ ਜੇ ਤੁਹਾਡਾ ਕੱਲ ਆ ਦੋ ਚੀਜ਼ਾਂ ਨੇ ਬਿਲਕੁਲ ਦੋ ਚੀਜ਼ਾਂ ਤੁਸੀਂ ਕਰੋ ਕੁਝ ਨਹੀਂ ਹੁੰਦਾ ਬਿਲਕੁਲ ਸੋ ਡਾਕਟਰ ਸਾਹਿਬ ਹੁਣ ਆਪਾਂ ਆਖਰੀ ਸਵਾਲ ਤੇ ਆ ਜਾਈਏ ਕਿ ਮਿਲਾਵਟ ਵਾਲਾ ਕਿਉ ਮਿਲਾਵਟ ਵਾਲਾ ਦੁੱਧ ਪੀਣ ਨਾਲ ਜਾਂ ਮਿਲਾਵਟ ਵਾਲਾ ਖੋਆ ਖਾਣ ਨਾਲ ਇਨਸਾਨ ਦੇ ਸਰੀਰ 'ਚ ਕੀ ਹੋ ਜਾਂਦਾ ਹੈ ਜੇ ਅਸੀਂ ਲਗਾਤਾਰ ਖਾਂਦੇ ਆ ਮੰਨ ਲਓ 1 ਮਹੀਨਾ ਜਾਂ 1 ਸਾਲ ਦੇਖੋ ਮਿਲਾਵਟ ਵਾਲੀ ਚੀਜ਼ ਜੇ ਹਮਲਾਵਟ ਤੁਸੀਂ ਬੋਲਦਾ ਨਾ ਮਿਲਾਵਟ ਕਿਸ ਚੀਜ਼ ਦੀ ਪੈਂਦੀ ਹੈ ਖੋਏ ਦੇ ਵਿੱਚ ਸਟਾਰਚ ਦੀ ਇਹਨੂੰ ਆਪਾਂ ਪੰਜਾਬੀ 'ਚ ਬੋਲੀਏ ਤਾਂ ਅਰਾ ਰੋਡ ਅਰਾ ਰੋਡ ਜਿਹੜਾ ਸੂਪ 'ਚ ਪਾਵਾ ਪੀਂਦੇ ਹੋ ਤੁਸੀਂ ਅਰਾ ਰੋਡ 'ਚ ਫਾਈਬਰ ਨਹੀਂ ਹੁੰਦਾ ਜਿਹੜੀ ਚੀਜ਼ ਫਾਈਬਰ ਨਹੀਂ ਹੈਗਾ ਨਹੀਂ ਖਾਣੀ ਤੁਹਾਡੀ ਆਂਤਾਂਾਂ ਚ ਜਾ ਕੇ ਚਿਪਕ ਜਾਣਾ ਇਹਨੇ ਤੁਸੀਂ ਕਹੋਗੇ ਮੇਰਾ ਪੇਟ ਸਾਫ਼ ਹੋ ਗਿਆ ਪਰ ਪੇਟ ਸਾਫ਼ ਨਹੀਂ ਹੋਇਆ ਦੁਬਾਰੇ ਫਿਰ ਜਾਓਗੇ ਤੇ ਅਰਾ ਰੋਟ ਜਿਹੜੀ ਵਾਲੀ ਚੀਜ਼ਾਂ ਨੇ ਇਹ ਅਗਰ ਕਿਸੇ ਚੀਜ਼ ਪਈ ਹੋਈ ਹੈ ਇਹ ਖਾਸ ਕਰ ਖੋਏ ਚੀ ਪੈਂਦੀ ਹੈ ਮੇਰੇ ਹਿਸਾਬ ਨਾਲ ਅਰਾ ਰੋਟ ਉਹਦੇ ਚ ਦੁੱਧ ਦੁੱਧ ਨਹੀਂ ਪੈਂਦੀ ਦੁੱਧ ਵਿੱਚ ਤਾਂ ਇਹ ਕੁਝ ਹੋਰ ਹੀ ਮਿਲਕ ਪਾਊਡਰ ਜਾਂ ਇਹ ਆਪਣਾ ਉਹ ਯੂਰੀਆ ਟਾਈਪ ਪਾਉਂਦੇ ਨੇ ਕਿਉਂਕਿ ਉਹਦੀ ਟੈਂਸਿਟੀ ਵਧ ਜਾਂਦੀ ਅੱਛਾ ਯੂਰੀਆ ਪਾ ਕੇ ਨਾ ਦੁੱਧ ਦੀ ਲੱਕੀ ਸੰਘਣਾ ਹੋ ਜਾਂਦਾ ਹੈ ਸੰਘਣਾ ਹੋ ਜਾਂਦਾ ਹੈ ਇਹ ਇਹ ਜਿਹੜੇ ਅੰਕੜੇ ਆ ਡਾਕਟਰ ਸਾਹਿਬ ਇਹਨਾਂ ਦੇ ਵਿੱਚ ਆਇਆ ਕਿ ਇਹਨਾਂ ਨੇ ਰਿਫਾਈਨਡ ਵੀ ਪਾਇਆ ਰਿਫਾਈਨਡ ਡਿਫਾਈਨਡ ਵਾਲੀ ਪੈਂਦਾ ਹੈ ਦੇਖੋ ਅਡਲਟੇਸ਼ਨ ਦੇ ਵਿੱਚ ਰਿਫਾਈਨਡ ਆਇਲ ਵੀ ਪੈਂਦਾ ਹੈ ਜਿਹੜਾ ਅਡਲਟੇਟਡ ਹੈ ਜਿਹੜਾ ਖਰਾਬ ਹੈ ਉਹਦੇ ਵਿੱਚ ਕਈ ਵਾਰੀ ਚੀਨੀ ਵੀ ਪਾਉਂਦੇ ਆ ਉਹਦੇ ਵਿੱਚ ਕਈ ਵਾਰੀ ਇਹ ਐਕਸਟਰਾ ਵਿਟਾਮਿਨਸ ਵੀ ਪਾ ਦਿੰਦੇ ਆ ਤਾਂ ਕਿ ਉਹ ਵਿਟਾਮਿਨਸ ਲੋਟਾ ਨਕਲੀ ਹੈ ਬਿਲਕੁਲ ਉਹ ਵਿਟਾਮਿਨਸ ਤੇ ਚੈੱਕ ਕਰੇਗਾ ਨਾ ਤੁਹਾਡਾ ਇਹ ਐਫਐਸਸੀਏ ਵਾਲਾ ਇਹ ਤੁਹਾਨੂੰ ਮੈਂ ਦਵਾਂਗਾ ਤੁਸੀਂ ਇਹ ਲਗਾਣਾ ਸਕਰੀਨਸ਼ਾਟ ਤੇ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਭ ਕਰਨ ਵਾਸਤੇ ਹੈਡ ਆਪੇ ਹੀ ਦਾ ਕਰਦੇ ਨੇ ਇਹ ਕਰਕੇ ਅਸੀਂ ਆਪਣੀ ਜ਼ਿੰਦਗੀ ਬਹੁਤ ਘਟਾਵਾਂਗੇ ਤੇ ਨਾਕਸੂਤੀ ਗੰਦੀ ਬਿਮਾਰੀ ਲੱਗਦੀ ਹੈ ਜਿਹਦਾ ਮੈਂ ਨਾਮ ਵੀ ਨਹੀਂ ਲੈਣਾ ਤੇ ਉਹ ਚੀਜ਼ਾਂ ਤੋਂ ਬਚਣ ਵਾਸਤੇ ਅਡਲਟਰੇਸ਼ਨ ਕਿਸੇ ਵੀ ਚੀਜ਼ ਦੇ ਵਿੱਚ ਇਹ ਬਚਣ ਚਾਹੀਦੀ ਹੈ ਬਾਕੀ ਆਪਣਾ ਪੰਜਾਬ ਸੂਬੇ ਦਾ ਇਕਨੋਮੀ ਦੁੱਧ ਤੇ ਟਿਕੀ ਹੈ ਮੈਂ ਕਿਸਾਨਾਂ ਦੇ ਨਾਲ ਖੜਾ ਹਾਂ ਮੈਂ ਉਹ ਕਿਸਾਨਾਂ ਦੇ ਨਾਲ ਖੜਾ ਜਿਹੜੇ ਸਹੀ ਕੰਮ ਕਰਦੇ ਨੇ ਜਿਹੜੇ ਵਿੱਚ ਹੈਗੇ ਨੇ ਜਿਹੜੇ ਥੋੜੇ ਬਹੁਤ ਗਲਤ ਕਰਦੇ ਨੇ ਉਹ ਭਾਜੀ ਨਾ ਕਰੋ ਜ਼ਿੰਦਗੀ ਨਾਲ ਨਾ ਖੇਲੋ ਓਵਰਹਾਲ ਪੰਜਾਬ ਦੇ ਵਿੱਚ ਦੇਖੋ ਇਕਨੋਮੀ ਦੁੱਧ ਤੇ ਹੈ ਕਰਨਕ ਤੇ ਜੀਰੀ ਇਸੇ ਬੱਠੀ ਹੈ ਉਹ ਤਿੰਨ ਚੀਜ਼ਾਂ ਦੇ ਤਾਂ ਲੱਗ ਜਾਂਦੀ ਸਾਡੀ ਹੁਣ ਇਹ ਇਹ ਹੁਣ ਆ ਗਈ ਗਵਰਨਮੈਂਟ ਦੀ ਏਜੰਸੀ ਦੀ ਰਿਪੋਰਟ ਆ ਗਈ ਹੈ ਲੋਕਾਂ ਨੇ ਕਹਿਣਾ ਮਠਾਈ ਕੀ ਖਾਣੀ ਹੈ ਆਪਾਂ ਚਲੋ ਕੁਝ ਹੋਰ ਭਾਂਡੇ ਫੁੰਡੇ ਦੇ ਦਿੰਦੇ ਆ ਗਿਫਟ ਦੀਵਾਲੀ ਗਿਫਟ ਉਹ ਫੇਕ ਚਾਕਲੇਟ ਦੇ ਦਿੰਦੇ ਆ ਹੈਨਾ ਉਹ ਵੀ ਜੰਕ ਫੂਡ ਹੈ ਤੇ ਬੇਸਿਕਲੀ ਨਾ ਮਤਲਬ ਮੈਂ ਦੋਨੋਂ ਬਸੇ ਚੱਲ ਰਹੇ ਆ ਦੂਜਾ ਪਹਿਲੂ ਵੀ ਹੈ ਦਾ ਕਿ ਇਹ ਪੰਜਾਬ ਦੇ ਦੁੱਧ ਦੀ ਖਪਤ ਨੂੰ ਘਟਾਉਣ ਵਾਸਤੇ ਵੱਡੀ ਏਜੰਸੀਆਂ ਕੁਝ ਕਰ ਸਕਦੀਆਂ ਮੈਂ ਕੁਝ ਨਹੀਂ ਕਹਿੰਦਾ ਇਹ ਮੇਰਾ ਸ਼ੱਕ ਹੈ ਸੰਕੇਤ ਉਧਰ ਨੂੰ ਹੀ ਜਾਂਦਾ ਹੈ ਕਿ ਜਦੋਂ ਲੋਕਾਂ ਦਾ ਝੁਕਾਓ ਉਧਰ ਨੂੰ ਹੋ ਗਿਆ ਚਾਕਲੇਟਾਂ ਵੱਲੋਂ ਉਹ ਦੂਸਰੀਆਂ ਇਹ ਸਾਰਾ ਇੰਡਸਟਰੀ ਦੀ ਗੇਮ ਹੈ ਮਾਰਕੀਟ ਦੀ ਗੇਮ ਹੈ ਹਾਂ ਮਾਰਕੀਟਿੰਗ ਦੀ ਗੇਮ ਹੈ ਇਹ ਵਾਲੀ ਚੀਜ਼ ਤੁਸੀਂ ਅਗਰ ਕਰਦੇ ਫਰਵਰੀ ਦੇ ਮਹੀਨੇ ਮਾਰਜ਼ੇ ਮਹੀਨੇ ਮੈਂ ਗਵਰਨਮੈਂਟ ਦੇ ਨਾਲ ਸੀ ਇਹ ਤੁਸੀਂ ਹੁਣ ਕੱਢੀ ਹੈ ਤੇ ਹੁਣ ਲੋਕਾਂ ਨੇ ਲੈਣੀਆਂ ਮਠਾਈਆਂ ਉਹ ਲੋਕਾਂ ਨੇ ਦਵਾਈ ਆ ਰਹੀ ਹੈ ਚੱਕ ਦਿੰਦੇ ਫਟੇ ਹੈ ਨਾ ਇਸ ਜਾਰੀਆਂ ਬਹੁਤ ਹੁੰਦੀਆਂ ਆ ਪਰ ਫਿਰ ਵੀ ਬਹੁਤ ਲੋਕ ਲੈ ਹੀ ਲੈਂਦੇ ਨੇ ਹਾਂ ਲੈ ਲੈਂਦੇ ਨੇ ਪਰ ਦੇਖੋ ਪੰਜਾਬੀ ਚੱਲਦਾ ਆਪਣਾ ਬਹੁਤ ਅੱਛਾ ਆਪਣਾ ਸਟੋਰੀਆਂ ਆ ਗਈਆਂ ਬਹੁਤ ਹਿਸਟਰੀ ਅੱਛੀ ਹੈਗੀ ਹੈ ਅਸੀਂ ਨਹੀਂ ਮਾਰ ਖਾਣਾ ਪਰ ਜਿਹੜੇ ਬੰਦੇ ਵਿਚਕਾਰ ਹੈਗੇ ਨੇ ਮੈਂ ਉਹਨਾਂ ਹੱਜੜ ਕੇ ਇਹੀ ਕਰਾਂਗਾ ਕਿ ਭਾਜੀ ਇਹ ਕੰਮ ਨਾ ਕਰੋ ਬਾਕੀ ਜਿਹੜਾ 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 ਸੇਫ ਤੋਂ ਤੁਸੀਂ ਜਿਹੜਾ ਫਾਇਡ ਥੋੜਾ ਬਹੁਤ ਘਟ ਗਿਆ ਉਹ ਵੀ ਨਾ ਕਰਨ ਕੀ ਪਰ ਕਹਿੰਦਾ ਰੇਟ ਬਤਾਓ ਹੋਣ ਲੋਕੀ ਦੋਧੀਆਂ ਤੋਂ ਦੁੱਧ ਕਿਉਂ ਲੈਂਦੇ ਨੇ ਜ਼ਿਆਦਾ ਬਿਲਕੁਲ ਰੇਟ ਘਟ ਹੁੰਦਾ ਹੈ ਰੇਟ ਘਟ ਹੁੰਦਾ ਹੈ ਹੁਣ ਪਨੀਰ ਦੀ ਗੱਲ ਮੈਂ ਤੁਹਾਨੂੰ ਦੱਸਦਾ ਤੁਸੀਂ ਪਨੀਰ ਜਿਹੜਾ ਮਿਲਦਾ ਹੈ ਕੰਪਨੀਆਂ ਦਾ ਉਹ ਤੁਸੀਂ ਕਿਉਂ ਨਹੀਂ ਖਰੀਦਦੇ ਖਰੀਦਦੇ ਹੋ ਲੇਕਿਨ ਉਹਦੀ ਸੇਲ ਤੋਂ 4 ਗੁਣਾ ਸੇਲ ਖੁੱਲੇ ਪਨੀਰ ਦੀ ਹੈ ਕੀ ਮਤਲਬ ਹੁੰਦਾ ਹੈ ਇਹਦਾ ਅਸੀਂ ਪੈਸੇ ਬਚਾਣ ਲਈ ਕੀਤਾ ਅਸੀਂ ਆਪਣੀ ਲਾਈਫ ਉਸ ਹਲਵਾਈ ਦੇ ਉੱਤੇ ਛੱਡਤੀ ਉਹ ਪਨੀਰ ਦੇ ਵਿੱਚ ਸਟਾਰ ਸਵਾਦੇ ਅਸੀਂ ਅਲਾਉ ਕਰਤਾ ਨਾ ਜਿਹੜੀਆਂ ਕੰਪਨੀਆਂ ਵਾਲੇ ਹੁੰਦੇ ਨੇ ਦੇਖੋ ਉਹਦਾ ਜਿਆਦਾ ਕੀ ਮਤਲਬ ਖੁੱਲਾ ਪਨੀਰ ਖਰਾਬ ਹੀ ਹੁੰਦਾ ਨਹੀਂ ਸਾਰਾ ਨਹੀਂ ਨਹੀਂ ਅਸੀਂ ਰਸਤਾ ਲੈ ਲਿਆ ਨਾ ਸਸਤਾ ਕਨੇ ਵੇਚ ਰਿਆ ਹੂੰ ਪਨੀਰ ਦਾ ਪੈਕੇਟ ਜਿਹੜਾ ਕੰਪਨੀਆਂ ਵਾਲੇ ਉਹਨਾਂ ਦੀ ਇੱਜ਼ਤ ਹੈਗੀ ਹੈ ਉਹਨਾਂ ਦੀ ਇੱਜ਼ਤ ਹੈਗੀ ਉਹਨਾਂ ਨੂੰ ਪਤਾ ਹੈ ਕਿ ਇੱਕ ਪੈਕੇਟ ਵੀ ਚ ਐਡਲਟਰੇਸ਼ਨ ਨਿਕਲ ਆਈ ਤਾਂ ਉਹਨਾਂ ਦੀ ਪੂਰੀ ਕੰਪਲੀਟ ਪੱਠਾ ਬਹਿ ਜਾਣਾ ਤੇ ਜਿਹੜਾ ਹੁਣ ਇਹ ਲਵਾਈ ਬੈਠਾ ਹੈ ਤੁਸੀਂ ਕਿੰਨਾ ਟਾਈਮ ਹੈ ਤੁਹਾਡੇ ਕੋਲ ਚੈੱਕ ਕਰਨ ਦਾ ਲੈ ਕੇ ਕਿੱਥੇ ਜਾਓਗੇ ਐਫਐਸਐਸਏ ਉੱਥੇ ਹੀ ਬੰਦੇ ਬੈਠੇ ਨੇ ਸੈਂਪਲ ਲਏਗਾ ਉਹ ਬੜੀਆਂ ਹੀਰਾਂ ਫਿਰਿਆ ਹੋ ਜਾਣਾ ਪਰ ਡਾਕਟਰ ਮੈਂ ਇੱਕ ਵੱਡਾ ਨਾਮ ਇਹੋ ਜਿਹਾ ਜਾਣਦੀ ਆ ਜਿੱਥੋਂ ਦੀ ਮੈਨੇਜਰ ਮੇਰੀ ਫਰੈਂਡ ਹੈ ਤਾਂ ਮੈਂ ਉਹਨੂੰ ਪੁੱਛਿਆ ਸੀ ਕਿ ਕਿੰਨੇ ਫੀਸ ਦੀ ਸ਼ੁੱਧਤਾ ਹੈਗੀ ਆ ਉਹਨੇ ਕਿਹਾ 85% ਮੈਂ ਕਿਹਾ ਇੱਥੇ ਵੀ 15% ਦੀ ਮਿਲਾਵਟ ਆ ਹਾਂ ਕਿੱਥੇ ਵੱਡੀ ਕੰਪਨੀ ਦੇ ਵਿੱਚ ਹਾਂ ਉਹ ਬਹੁਤ ਵੱਡਾ ਨ ਸਾਰੇ ਜਾਣਦੇ ਆ ਉਹ ਮੈਂ ਮੈਂ ਮੰਨਦਾ ਮੈਂ ਮੰਨਦਾ ਇਸ ਗੱਲ ਨੂੰ ਦੁੱਧ ਪਨੀਰ ਮੈਂ 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 ਇਸ ਗੱਲ ਨੂੰ ਮੰਨਦਾ ਕਿ ਮਲਾਵੜ ਦੇਖੋ ਕਿਤੇ ਨਹੀਂ ਹੈ ਕਿਸੇ ਲਾ ਕਿਤੇ ਤਾਂ ਹੁੰਦੀ ਹੈ ਬਟ ਕੁਝ ਲੈਵਲ ਤੱਕ ਹੁੰਦੀ ਹੈ ਜਿਹੜੇ ਆਪਾਂ ਖੁੱਲੀ ਚੀਜ਼ ਲਵਾਂਗੇ ਉਥੇ ਤਾਂ ਕੋਈ ਲੈਵਲ ਹੀ ਨਹੀਂ ਹੈ ਨਾ ਹੂੰ ਹੁੰਦੇ ਮੈਂ ਆ ਇੱਥੇ ਛੋਟੇ ਦਾ ਪਿੰਡ ਹੈ ਪਰ ਕਈਆਂ ਨੇ ਆਪਦਾ ਬੜਾ ਸਟੈਂਡਰਡ ਮੇਨਟੇਨ ਵੀ ਰੱਖਿਆ ਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਨਟੇਨ ਕੀਤਾ ਹੋਇਆ ਉਹ ਵੱਧਦੇ ਨੇ ਜਿਨ੍ਹਾਂ ਨੇ ਮੇਨਟੇਨ ਨਹੀਂ ਕੀਤਾ ਹੋਇਆ ਲੋਕੀ ਲੈ ਰਹੇ ਨੇ ਪੇਟ ਖਰਾਬ ਹੋ ਰਿਹਾ ਡਾਕਟਰ ਕੋਲ ਜਾ ਰਹੇ ਹੂੰ ਕਮਜ਼ੀਆਂ ਹੋ ਰਹੀਆਂ ਲੋਕਾਂ ਨੂੰ ਕਬਜ਼ ਦੀ ਕਿੰਨੀ ਬਿਮਾਰੀ ਹੈ ਐਸਿਡਿਟੀ ਦੀ ਕਿੰਨੀ ਜਿਹੜਾ ਬੰਦਾ ਆਂਦਾ ਮੈਂ ਡਾਕਟਰ ਵੀ ਹੈ ਜਿਹੜਾ ਆਂਦਾ ਐਮ ਐਸ ਦੇ ਤੇ ਗੈਸ ਬਣ ਰਹੀ ਹੈ ਮੇਰੀ ਮੇਰਾ ਪੇਟ ਸਾਫ਼ ਨਹੀਂ ਹੋ ਰਿਹਾ ਮੇਰਾ ਉਹ ਨਹੀਂ ਹੋ ਰਿਹਾ ਕਿਉਂਕਿ ਸਟਾਰਚ ਦੇ ਵਿੱਚ ਜਿਹੜੀ ਵੀ ਫੂਡ ਦੇ ਵਿੱਚ ਫਾਈਬਰ ਨਹੀਂ ਹੋਏਗਾ ਉਹ ਆਪਾਂ ਖਾਵਾਂਗੇ ਤਾਂ ਚਿਪਕ ਜਾਏਗੀ ਚਿਪਕ ਜਾਈ ਬਿਲਕੁਲ ਮਤਲਬ ਆਪਾਂ ਆਪਣਾ ਦਿਮਾਗ ਬਿਲਕੁਲ ਖੋਲ ਕੇ ਚੰਗੀ ਤਰ੍ਹਾਂ ਜਾਂਚ ਵਿਚਾਰ ਕਰਕੇ ਖਾਣਾ ਹੈ ਆਪਾਂ ਦੁੱਧ ਵਾਲਿਆਂ ਦੇ ਬਿਲਕੁਲ ਖਿਲਾਫ ਨਹੀਂ ਮੈਂ ਬੋਲਣਾ ਉਹਨਾਂ ਦੇ ਨਾਲ ਹੀ ਹੈ ਪਰ ਜਿਹੜੇ ਗਲਤ ਨੇ ਉਨਾ ਦੇ ਮੇ ਬਹੁਤ ਖਿਲਾਫ